कमली वाले कमली वाले मोहम्मद तो सदके में जा कमली वाले मोहम्मद तो सदके में जा जिन्ने आके गरीबां दी बां पड़ लई जा ਐ ਮਲ ਮਲ ਤੇ ਤੱਕੇ ਨੇ ਤੁਸਾਂ ਬਣ ਜੀ ਜੀ ਬਿਲਕੁਲ ਉਥਾਂ ਮਲਾਂ ਨਾਲ ਹੀ ਥੜਕਾਰ ਪਰਾਣਾ ਪਹਿਲਾ ਘਰ ਉਹ ਹੈ ਬਾਬਾ ਨੂਰ ਸ਼ਾਰਣਾ ਅੱਗੂ ਫਿਰ ਜੋ ਜੋ ਆਬਾਦੀ ਵਧਣੀ ਗਈ ਹੈ ਤੇ ਫਿਰ ਅੱਗੇ ਪਿੱਛੇ ਸਾਰੇ ਫਿਰ ਅੱਗੇ ਪਿੱਛੇ ਗ੍ਰਾਂ ਇਹ ਗ੍ਰਾਂ ਉਸਲੇ ਆਬਾਦੀ ਨਹੀਂ ਸੀ ਜਿਸਲੇ ਬਾਬਾ ਨੂਰ ਸ਼ਾਰੀ ਆਏ ਜੀ ਹਾਂ ਆਬਾਦੀ ਨਹੀਂ ਸੀ ਹਲੇ ਸਹੀ ਅਸਾਂ ਬੇਹੱਦ ਮਮਨੂੜ ਹਾਂ ਮਸ਼ਹੂਰ ਹਾਂ ਕਿ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਅਸੀਂ ਅਸੀਂ ਕਾਫੀ ਗੱਲਾਂ ਪਈਆਂ ਸਰਕਾਰ ਨੇ ਹਵਾਲੇ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ ਜਿੰਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਅਸਾਂ ਹੁਣ ਤੱਕ ਮੈਂ ਦਰਬਾਰ ਪੜਾਏ ਆ ਤੇ ਜਿਲੋ ਆਂਦੇ ਉਸਨੇ ਦਰਬਾਰ ਹੋਇਆ ਦੱਸਣਿਆ ਕਿ ਨਾਲ ਵਾਸ਼ਵਾ ਵੀ ਕਰਨੇ ਆ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ ਜਿੰਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ ਜਿੰਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ ਜਿੰਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ ਮੇਰੀ ਬਖਸ਼ਿਸ਼ ਵਸੀਲਾ ਮੁਹੰਮਦ ਦਾ ਨਾ ਮੇਰੀ ਬਖਸ਼ਿਸ਼ ਵਸੀਲਾ ਮੁਹੰਮਦ ਦਾ ਨਾ ਜਿੰਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ ਕਮਲੀ ਵਾਲੇ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ ਜਿੰਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ ਉਹਦੇ ਬਾਜੋ ਕੋਈ ਦੁਨੀਆ ਤੇ ਪਿਆਰਾ ਨਹੀਂ ਐਸੇ ਇੱਥੇ ਦਰਬਾਰ ਪੜਾਏ ਆ ਜੀ ਧਮਾਵਾ ਹੈ ਕਿ ਅਸਾਂ ਨਾਲ ਇੱਥੇ ਆਏ ਦਰਬਾਰ ਨੇ ਗੱਦੀ ਨਸ਼ੀਨ ਹਨ ਇਹਨਾਂ ਕੋਲੋਂ ਤਾਰਫ ਵਗੈਰਾ ਇੰਨੇ ਆ ਗਏ ਇਹਨਾਂ ਕੋਲ ਪੁੱਛਣੇ ਆ ਬਜ਼ੁਰਗਾਂ ਨੇ ਕਰਾਮਾਤ ਨੇ ਹਵਾਲੇ ਨਾਲ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਠੀਕ ਹੋ ਜੀ ਅੱਲਾ ਦਾ ਸ਼ੁਕਰ ਹੈ ਤੁਸੀਂ ਠੀਕ ਹੋ ਜੀ ਬਸ ਠੀਕ ਠਾਕ ਸਭ ਤੋਂ ਪਹਿਲਾਂ ਕਿਹਾ ਜਿਹੜੇ ਅਸਾਂ ਨੇ ਤੱਕਣੇ ਲਏ ਨਾਜ਼ਰੀਨ ਨੂੰ ਨਾ ਕਿ ਆਪਾਂ ਨਾਂ ਸ਼ਰੀਫ ਬਾਈ ਛੋੜੋ ਮੇਰਾ ਨਾਂ ਹੈ ਸੈਯਦ ਸੱਜਾਦ ਹੁਸੈਨ ਸ਼ਾਹ ਗੀਲਾਨੀ ਜੀ ਮੇਰੇ ਵਾਲਦ ਸਾਹਿਬ ਦਾ ਨਾਂ ਸੈਯਦ ਗੁਜ਼ਨਫਰ ਅਲੀ ਸ਼ਾਹ ਸਾਹਿਬ ਜੀ ਇਹ ਫੋਤ ਹੋ ਗਏ ਠੀਕ ਹੈ ਨਾਲ ਮਜ਼ਾਰ ਹੈ ਉਹਨਾਂ ਜੀ ਜੀ ਠੀਕ ਤੇ ਮੇਰੇ ਪਹਿਲੇ ਗੱਦੀ ਨਸ਼ੀਨ ਹੋ ਸਨ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਨਾ ਗੱਦੀ ਨਸ਼ੀਨ ਹੁਣ ਮੈਂ ਜੀ ਜੀ ਜਾ ਪਹਿਲੇ ਤਾਂ ਇਹਨਾਂ ਨੇ ਵਾਲਦ ਸਾਹਿਬ ਨੇ ਦਰਬਾਰ ਹੈ ਨਾ ਉਹ ਤਾਂ ਪਿੰਬਰ ਹੈ ਪਿੰਬਰ ਜਿਹੜਾ ਨਾ ਸ਼ਹਿਰ ਨਾਲ ਥੋੜ੍ਹਾ ਥੋੜ੍ਹਾ ਨਿਕਲੋ ਉਹ ਪ੍ਰਭਾਵ ਸ਼ਾਦੀ ਸ਼ਹੀ ਰੋਡ ਨਾਲ ਹੈ ਜੀ ਨਿਕਲੀ ਦੁੱਪਰ ਰੋਡ ਜੀ ਇੱਥੇ ਨਾਲ ਹੈ ਜਿਹੜੀ ਨਾ ਪੋਤੋ ਸਿਆਲ
ਗਰਾਣਾ ਨਾਮ ਹੈ ਉਸਨੇ ਬੈਕ ਸਾਈਡ ਤੇ ਲੈਣੇ ਨੇ ਵਾਲਾ ਸਾਹਿਬ ਦਰਬਾਰ ਹੈ ਪਹਿਲੇ ਉੱਥੇ ਉਤੋਂ ਫਿਰ ਨਹੀਂ ਆਰਡਰ ਹੋਇਆ ਹੋਇਆ ਤੁਸੀਂ ਜਾਓ ਬੰਗਾਲ ਵਿੱਚ ਜੀ ਇਹਨੇ 12 ਸਾਲ ਜਿਹੜਾ ਨਾ ਚੇਲਾ ਉੱਥੇ ਕੱਟਿਆ 12 ਸਾਲ ਦਰਖਤਾਂ ਨੇ ਪੱਤੇ ਖਾ ਗਏ ਜੰਗਲ ਚਲੇ ਹੁੰਦੇ ਜਿਹੜੇ 12 ਸਾਲ ਪੂਰੇ ਹੋਏ ਫਿਰ ਨਹੀਂ ਆਰਡਰ ਮਿਲਿਆ ਵੀ ਹੁਣ ਤੁਸੀਂ ਜਿਹੜੇ ਜਾਓ ਵਾਪਸ ਹੁਣ ਫਿਰ ਤੂੰ ਆਏ ਰਸਤੇ ਵਿੱਚ ਜਿਹੜਾ ਨਾ ਕੋਈ ਹੈ ਸੀ ਜਿਹੜਾ ਕੋਈ ਗੁਜਰਨਾ ਡੇਰਾ ਸੀ ਠੀਕ ਹੈ ਗੁਜਰਨ ਡੇਰਾ ਸੀ ਉੱਥੇ ਉਸ ਜਿਹੜਾ ਨਾ ਰੱਖੇ ਸਿਰ ਕੋਈ ਮਾਲ ਬਚਾ ਉੱਥੇ ਜਾਣੇ ਤਾਂ ਰਾਹ ਗੁਜ਼ਰੂ ਤੱਕਣਾ ਪਾਉਣਾ ਬਾਬਾ ਜੀ ਜਿਹੜਾ ਤੁਸੀਂ ਜਿਹੜਾ ਨਾ ਮੇਰੇ ਕੋਲ ਹੋਵੇ ਇੱਥੇ ਟਿਕੇ ਰਵੋ ਕੰਮ ਸ਼ਾਮ ਮਾੜਾ ਕਰੋ ਨਾ ਫਿਰ ਨਾ ਤੁਹਾਡਾ ਕਿਹਾ ਨਾ ਫਿਰ ਨਾਮ ਮੇਰਾ ਨੂਰਾ ਹੋਇਆ ਨੂਰ ਸ਼ਾਹ ਨਾਂ ਸੁਣਿਆ ਨਾਂ ਕੀ ਨੰਬਰ ਨੂਰਾ ਹੋਇਆ ਉਹਨਾਂ ਨੇ ਕੋਈ ਆਇਆ ਸੀ ਲੱਗਿਆ ਬੱਲੀ ਜੀ ਕੋਈ ਆਪਣੇ ਮੁਰਸ਼ਿਦ ਉਹਨਾਂ ਨੇ ਬੈਠੇ ਸਨ ਕੋਈ ਦਿਹਾੜੇ ਗੁਜ਼ਰੇ ਨੇ ਕੋਈ ਕਿਸੇ ਕੰਮ ਕਰਨੇ ਫਿਰ ਉਹਨਾਂ ਨੇ ਕੋਈ ਆ ਕੇ ਪੀਰ ਸਾਹਿਬ ਬੈਠੇ ਅਤੇ ਉਹ ਕਰ ਰਹੇ ਜਿਹੜਾ ਨਾ ਇਹਨਾਂ ਆਇਆ ਜਿਹੜਾ ਸੱਟਣੇ ਲੈਣਾ ਗੋਹਾ ਛਵਾੜਾ ਨਾ ਇਸ ਨਾਲ ਟੁਕਰਾੜਾ ਭਰਿਆ ਨੇ ਉਹ ਗੇਂਦ ਉੱਪਰ ਥੱਲੇ ਢੱਲੇ ਨੇ ਉਹ ਵਿਹੜਾ ਬੈਠੇ ਜਿਵੇਂ ਬਾੜੀਆਂ ਹੀ ਬੁਣ ਗਏ ਅਤੇ ਟੁਕੜਾ ਜਿਹੜਾ ਨਾ ਉਹ ਗਜ਼ ਸਵਾ ਗਜ਼ ਉੱਪਰ ਜਾਣ ਲਿਆ ਤਾਂ ਬਾਬਾ ਥੱਲੇ ਥੱਲੇ ਜਾਣ ਲਿਆ ਠੀਕ ਹੈ ਜਿਹੜਾ ਉਸਨੇ ਨਜ਼ਰ ਪਈ ਉਹਨਾਂ ਕਿਹਾ ਤਾਂ ਇਹ ਤਾਂ ਜਿਹੜਾ ਨਾ ਇਹ ਤਾਂ ਕੋਈ ਫਕੀਰ ਹੈ ਅੱਲਾ ਨੇ ਬੱਲੀ ਨਹੀਂ ਲੈਂਦਾ ਇਹ ਤੂੰ ਕਿਹੇ ਕੱਟ ਲੈਂਦਾ ਤੂੰ ਆਪਣੇ ਜਾਣ ਵਾਸਤੇ ਤੂੰ ਜ਼ੁਲਮ ਕੀਤਾ ਵਾ ਦੌੜ ਜਾਣ ਆਵਾਜ਼ ਮਾਰੀ ਥੋੜ੍ਹੇ ਥੋੜ੍ਹੇ ਦੌੜੇ ਘੁੰਮੜ ਕੇ ਤੁਸੀਂ ਗਾਇਬ ਹੋ ਗਏ ਠੀਕ ਹੈ ਉੱਥੋਂ ਮੁੜ ਕੇ ਫਿਰ ਪਠਵਾਰ ਫਿਰ ਗਏ ਨਾ ਪਠਵਾਰ ਦੇ ਨਾਂ ਨੇ ਆਪਣੇ ਵਾਲਦ ਸਾਹਿਬ ਨੇ ਜਿਹੜੇ ਨਾ ਪੀਰ ਮਿੱਠੇ ਸ਼ਾਹ ਨਾਂ ਨੇ ਤਾਂ ਸਹੀ ਮੇਹਰ ਅਲੀ ਸ਼ਾਹ ਨਾਂ ਜੀ ਮਿੱਠੇ ਸ਼ਾਹ ਨੇ ਆਣੇ ਉਹਨਾਂ ਨੇ ਜਿਹੜਾ ਨਾ ਆਪਣੇ ਪਿਓ ਦਾਦੇ ਨੇ ਮਰੀਦ ਪਠਵਾਰ ਜਿਹੜੇ ਇਹਨਾਂ ਨੇ ਪੂਰਾ ਪਠਵਾਰ ਲਿਆਉਣਾ ਮਰੀਦ ਦਾ ਸਹੀ ਠੀਕ ਹੈ ਪਠਵਾਰ 'ਚ ਗਏ ਉੱਥੇ ਜਿਹੜਾ ਨਾ ਇਸ ਸਾਰ ਉੱਥੇ ਵੀ ਉਹਨਾਂ ਨੇ 12 ਸਾਲ ਬਾਅਦ ਜਿਹੜਾ ਜਾਓ ਤਾਂ ਬੰਦੇ ਭੁੱਲ ਭੱਲ ਗਏ ਹੋਣੇ ਨੇ ਜਿਹੜੇ ਕੋਈ ਪੁਰਾਣੀਆਂ ਮਈਆਂ 2-4 ਐਸ ਨੇ ਉਹਨਾਂ ਇਹ ਦੱਸਿਆ ਵੀ ਇਸ ਤਰ੍ਹਾਂ ਜਿਹੜਾ ਨਾ ਇਹ ਤਾਂ ਸਾਡੇ ਜਿਹੜੇ ਪੀਰਾਂ ਨੇ ਜਿਹੜੇ ਨੇ ਇਹ ਤਾਂ ਉਹਨਾਂ ਨੇ ਜਿਹੜਾ ਨਾ ਜਦ ਨਸਲ ਇਹ ਤਾਂ ਉਹਨਾਂ ਨੇ ਪੁੱਤਰ ਫਿਰ ਜਿਹੜੀ ਯੰਗ ਜਨਰੇਸ਼ਨ ਜਿਹੜੀ ਹੋਣੀ ਹੈ ਉਸ ਤਾਂ ਇਹਨਾਂ ਆਖਿਆ ਵੀ ਤਾਂ ਇਹ ਨਹੀਂ ਹੈ ਅਸਾਂ ਤਾਂ ਜਿਹੜੇ ਪੀਰ ਸਾਡੇ ਬੈਠੇ ਨਾ ਗਏ ਸਾਡੇ ਤਾਂ ਹੀ ਹੈ ਪੀਰ ਉਹਨਾਂ ਆਖਿਆ ਜੀ ਜੇਕਰ ਤੁਸੀਂ ਕੋਈ ਪੀਰ ਹੈ ਤਾਂ ਮੀਂਹ ਕੋਈ ਕਰਕੇ ਦੱਸਣ ਹਾਂਜੀ ਤਾਂ ਉਹਨਾਂ ਆਖਿਆ ਨਹੀਂ ਜਿਹੜਾ ਇਸ ਤਰ੍ਹਾਂ ਕੋਈ ਕਰਨੇ ਕਰਨੇ ਤੇਰਾ ਕਾਫੀ ਗਰਾਂ ਨੇ ਬੰਦੇ ਇਕੱਠੇ ਹੋ ਜਾਣੇ ਇਕੱਠੇ ਹੋ ਗਏ ਫਿਰ ਇਸ ਤਰ੍ਹਾਂ ਬੋੜੀ ਨਾਲ ਬੂਟਾ ਸੀ ਬੜਾ ਸਾਰਾ ਜੀ ਜਿਹੜਾ ਉਹਨਾਂ ਆਖਿਆ ਜਿਹੜਾ ਠੀਕ ਹੈ ਅਗਰ ਮੈਂ ਇਸ ਕੀ ਗੇਨ ਬੁਣ ਉਹਨਾਂ ਓੜ ਕੇ ਆਸਰਾ ਕੀਤਾ ਹੋਇਆ ਤਾਂ ਥੱਲੇ ਦਾ ਪਾਸਾ ਉੱਪਰ ਤਾਂ ਉਪਲਾ ਥੱਲੇ ਹੋ ਗਿਆ ਬੋੜੀ ਨੇ ਬੂਟੇ ਜੀ ਤਾਂ ਉਹਨਾਂ ਆਖਿਆ ਹੁਣ ਤੂੰ ਸਿੱਧਾ ਕਰ ਛੱਡ ਮੈਂ ਤਾਂ ਪੁੱਠਾ ਕਰ ਰਿਹਾ ਤੂੰ ਸਿੱਧਾ ਕਰ ਉਸ ਆਖਿਆ ਜੀ ਮੀਂਹ ਮਾਫ਼ੀ ਦਿਓ ਮੇਰੇ ਜਿਤਨੀ ਤਾਕਤ ਹੈ ਹੀ ਨਹੀਂ ਹੈ ਜੀ ਮੈਂ ਆਖਿਆ ਅੱਜ ਤੋਂ ਬਾਅਦ ਇਹ ਮੇਰਾ ਇਲਾਕਾ ਪੂਰਾ ਪਠਵਾਰ ਮੈਂ ਤਾਂ ਤੱਕਾ ਸਕਿਆ ਮੈਂ ਆਪਣੀ ਨਸਲ 'ਚ ਹੋਇਆ ਤਾਂ ਇੱਧਰ ਬੰਦਾ ਇੱਧਰ ਸਾਡੇ ਜਵਾਬਣ ਨਹੀਂ ਲਵਾ ਜਾ ਜੀ ਜੀ ਠੀਕ ਹੈ ਉਹ ਸਾਡੇ ਵਾਲਦ ਸਾਹਿਬ ਵੀ ਜਾ ਤੱਕੀ ਆ ਜਾ ਰਹੇ ਨੇ ਸਾਡੇ ਦਾਦਾ ਸਾਹਿਬ ਵੀ ਉੱਥੇ ਰਹੇ ਨੇ ਜੀ ਵਾਲਦ ਸਾਹਿਬ ਨੇ ਉੱਥੇ ਬਾਅਦ ਨੂਰ ਸ਼ਾਹ ਰਾਣਾ ਜਿਹੜਾ ਉੱਥੇ ਵੀ ਬੈਠਕ ਹੈ ਉੱਥੇ ਵੀ ਉਹ ਵੀ ਉਰਸ ਕਰਾਉਣੇ 8 ਸਾਲ ਬਾਅਦ ਜੀ ਇੱਕ ਸਾਡੇ ਦਾਦੇ ਰਾਣਾ ਵੀ ਕਰਾਉਣੇ ਨੂੰ ਹੈ ਦਾਦਾ ਵੀ ਸਾਡੇ ਰਹੇ ਨੇ ਉੱਥੇ ਕਾਫੀ ਟਾਈਮ ਰਹੇ ਉੱਥੇ ਵੀ ਉਹ ਦੋ ਉਹਨਾਂ ਨੇ ਉਹ ਬਾਵੇ ਰਾਣੇ ਬੈਠਕ ਦਾ ਉਰਸ ਕਰਾਉਣਾ 8 ਸਾਲ ਬਾਅਦ ਉਹ ਵੀ ਕਰਾਉਣੇ ਉਰਸ ਜੀ ਜਿਹੜੀ ਸੌ ਬਾਈ ਆ ਉੱਥੇ ਬਹੁਤ ਜਿਹੜੀ ਇਹ ਤਾਂ ਸਾਡੇ ਇਹ ਬਾਬਾ ਨੂਰ ਸ਼ਾਹ ਨੂੰ ਸਾਡੀ 8ਵੀਂ ਪੁਸ਼ਤ ਹੈ ਸਾਡੀ ਕੋਈ ਔਲਾਦ ਨਹੀਂ ਜਿਹੜੀ ਹੈ 9ਵੀਂ ਪੁਸ਼ਤ ਸੀ ਠੀਕ ਹੈ ਸਾਡੇ ਵਾਲਦ ਸਾਹਿਬ ਨੂੰ 7ਵੀਂ ਪੁਸ਼ਤ ਸੀ 7ਵੀਂ ਪੁਸ਼ਤ ਸਾਡੇ ਵਾਲਦ ਸਾਹਿਬ ਨੇ ਮੈਂ ਆਪੂ ਜਗ੍ਹਾ ਤੱਕਿਆ ਉੱਥੇ ਜਿਹੜਾ ਨਾ ਜਿਹੜੇ ਬੋਰਡ ਪੁੱਠੀ ਹੋਈ ਅਜੇ ਤੱਕ ਉਸਾ ਤਈ ਹੈ ਹੁਣ ਤਾਂ ਸਾਡੇ ਚੁੱਗੂ ਕੋਈ ਨਹੀਂ ਗਿਆ ਉੱਥੇ ਤਾਂ ਸਾਡੇ ਵਾਲਦ ਸਾਹਿਬ ਜਿਹੜਾ ਜਾਣੇ ਨੇ ਉਸ ਲੈ ਵੀ ਸਾਡਾ ਮੁਕੰਮਲ ਹਿੱਸਾ ਰਹਿਣਾ ਮੈਂ ਆਪੂ ਮੈਂ ਆਪਣੀ ਅੱਖੀ ਤੱਕ ਆਇਆ ਵੀ 2-3 ਮਹੀਨੇ ਇੱਥੇ ਜਾ ਰਹਿਣੇ ਰਹਿਣ ਜੀ ਜੀ ਜਾ ਮਾਸ਼ਾਅੱਲਾ ਜੀ ਕਿਆ ਉਸ ਤੋਂ ਇਲਾਵਾ ਅਸਾਂ ਇੱਥੇ ਸ਼ਾਹ ਸਾਹਿਬ ਨਾਲ ਉਸ ਕਦੋਂ ਕਰਾਉਣੇ ਹੋਣੇ ਉਹ ਕਿਹੜੀ ਤਾਰੀਖ ਵਗੈਰਾ 3 ਜੂਨ 3 ਜੂਨ ਕੀ ਕਰਾਈ ਨਾ ਜੀ ਜੀ 21 ਜੇਠ ਚਾ 21 ਜੇਠ 3 ਜੂਨ ਤੇ ਇਸ ਤੋਂ ਇਲਾਵਾ ਇੱਥੇ ਲੈ ਉਸ ਵਗੈਰਾ ਹੋਣਾ ਹੈ ਇੱਕ ਦੋ ਵਾਰੀ ਮੈਂ ਵੀ ਇੱਥੇ ਆਇਆ ਕਿ ਕਾਫੀ ਇੱਥੇ ਝੂਲੇ ਵਗੈਰਾ ਦੁਕਾਨਾਂ ਵਗੈਰਾ ਜਾਂ ਝੂਲੇ ਖਾਣੀ ਵਗੈਰਾ ਵੀ ਸ਼ੇਰਖਾਨੀ ਪਤਰਾ ਇੱਥੇ ਕੋਡੀ ਵੀ ਹੋਣੀ ਜੀ ਹੈ ਪੱਥਰ ਵੀ ਜਾਣੇ ਨੇ ਤਾਂ ਰਾਤ ਜਿਹੜਾ ਸਾਰਾ ਦਿਨ ਲੰਗਰ ਚੱਲਣਾ ਮੁੜ ਕੇ ਰਾਤ 10 ਵਜੇ ਤੋਂ ਬਾਅਦ ਜਿਹੜਾ ਫਿਰ ਕੁਆਲੀ ਹੋਣੀ ਹੈ ਫਿਰ ਉਸ ਸੁਬਾਹ ਤੱਕ ਫਿਰ ਕੁਆਲੀ ਜਿਹੜੀ ਹੈ ਨਾ ਜੀ ਫਿਰ ਉਹ ਮਹਿਫਲ ਸਮਾਂ ਜਿਹੜਾ ਰਹਿਣਾ ਠੀਕ ਜਾਂ ਅਤੇ ਜਿਹੜਾ ਤ੍ਰੈ ਤੂੰ ਕਹਿੰਦਾ 4 ਵਜੇ ਤੱਕ ਉਹ ਤਾਂ ਫਿਰ ਮਹਿਫਲ ਹੋਣੀ ਹੈ ਘੰਟਾ ਜੀ ਉਹ ਫਿਰ ਮੁਲਵੀ ਰਾਤ ਘੰਟਾ ਜਾਂ 1.5 ਘੰਟਾ ਜਿਹੜਾ ਫਿਰ ਉਹ ਹੈ ਉਸ ਤੋਂ ਬਾਅਦ ਫਿਰ ਦਬਾਅ ਹੋਣੀ ਹੈ ਫਿਰ ਪਹਿਲੇ 9 ਵਜੇ ਨਾਲ ਦਬਾਅ ਹੋਣੀ ਹੈ ਲੰਗਰ ਸ਼ੁਰੂ ਹੋਣਾ ਫਿਰ 3-3.5 ਵਜੇ ਤੱਕ ਲੰਗਰ ਰਹਿਣਾ ਮੈਂ ਜੀ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਘੰਟਾ ਕੇ ਵਿੱਚ ਹੋਣਾ ਵਕਫਾ ਹੋਣਾ ਵਾ ਉਸਨੇ ਮਹਿਫਲ ਹੋਣੀ ਹੈ ਅਤੇ ਫਿਰ ਦਬਾਅ ਕਰੀ ਨਾ ਮੈਂ ਉਸ ਤੋਂ ਬਾਅਦ ਫਿਰ ਲੰਗਰ ਆ 9-10 ਵਜ ਜਾਣੇ ਰਾਤੀ ਜੀ ਲੰਗਰ ਜਿਹੜਾ ਜਿੱਥੇ ਤੱਕ ਵਾਮ ਸਾਰੀ ਖਾ ਨਾ ਰਵੇ ਜਿਹੜਾ ਸਾਂਭ ਗਿਆ ਉਦੋਂ ਮਹਿਫਲ ਸੰਭਾਲ ਪਾਸੇ ਨਹੀਂ ਜਾਏ ਜੀ ਜਦੋਂ ਮੁਕੰਮਲ ਬੰਦੇ ਖਾ ਪੀ ਰਹਿਣੇ ਨੇ ਫਿਰ ਉਸ ਤੋਂ ਬਾਅਦ ਫਿਰ ਮਹਿਫਲ ਸੰਭਾਲ ਫਿਰ ਸ਼ੁਰੂ ਕਰੀ ਨਾ ਸਹੀ ਇਸ ਤੋਂ ਇਲਾਵਾ ਅਗਰ ਤੁਹਾਨੂੰ ਜ਼ਿਹਨ ਵਿੱਚ ਕੋਈ ਹੋਰ ਗੱਲਾਂ ਹਨ ਸਰਕਾਰ ਨੇ ਹਵਾਲੇ ਨਾਲ ਕਹੇ ਉਹ ਵੀ ਅਸੀਂ ਬਾਈ ਛੋੜੋ ਗੱਲਾਂ ਤਾਂ ਕਾਫੀ ਨੇ ਇਹਨਾਂ ਨੇ ਜੀ ਜਾਂ ਇਹ ਸਾਡੀ ਆਪਣੀ ਇਹ ਜਿਤਨੀ ਹੈ ਬਾਵੇ ਨੇ ਯਾਦ ਲਾ ਦਿਆ ਹੁਣ ਇਸ ਲਈ ਤਾਂ ਕਾਫੀ ਕਾਰਨ
ਜੇ ਇਹ ਪਰ ਇੱਕ ਬਸਤਾਨ ਜਿਤਨਾ ਵੀ ਹੈ ਇਹ ਹਵੇਲੀ ਦੇ ਅੰਦਰ ਹੈ ਇਹ ਸਭ ਬਾਵੇ ਰਣੀ ਜਿਹੜਾ ਨਾ ਜਦ ਲਾ ਦਾ ਸਭ ਇਹਨਾਂ ਨੇ ਪੰਜ ਪੁੱਤਰ ਸਨ ਇੱਕ ਪੁੱਤਰ ਨੇ ਔਲਾਦ ਕੋ ਨਹੀਂ ਸੀ ਜੀ ਤੇ ਚੌਂ ਨਹੀਂ ਔਲਾਦ ਹੈ ਜੀ ਠੀਕ ਹੈ ਕਿ ਇਸ ਨੂੰ ਇਹ ਜਿਹੜੀ ਅੱਗੇ ਸੋਈ ਨਸਲ ਆਈ ਰਹੀ ਹੈ ਇਹਨਾਂ ਚੌਂ ਚੌਂ ਗਾਈ ਰਹੀ ਹੈ ਇਹ ਚੌਂ ਚੌਂ ਆ ਰਹੀ ਹੈ ਜਿਹੜੇ ਇੱਕ ਤਾਂ ਉਹਨਾਂ ਔਲਾਦ ਨਹੀਂ ਸੀ ਜੀ ਜਿਹੜੇ ਚਾਰ ਇਹਨਾਂ ਚੌਂ ਨਹੀਂ ਔਲਾਦ ਹੈ ਜੀ ਜੀ ਜਾ ਇਸ ਤੋਂ ਇਲਾਵਾ ਜਿਹੜੇ ਬਾਬਾ ਨਜ਼ਰ ਹੁਸੈਨ ਸ਼ਾਹ ਸਾਹਿਬ ਉਸ ਨਜੋ ਸ਼ਾਹ ਸਾਹਿਬ ਜਾ ਜਾ ਉਹਨਾਂ ਨੇ ਬੈਠ ਕੇ ਖਾਸ ਵੀ ਅਸਾਂ ਨੇ ਮੱਲੇ ਵਿੱਚ ਹੈ ਮਾਚਾ ਗਾਜ਼ੀ ਵਿੱਚ ਜਾ ਜਾ ਉਹਨਾਂ ਨੇ ਹਵਾਲੇ ਨਾਲ ਅਗਰ ਬਾਈ ਛੋੜੋ ਹਾਂ ਉਹਨਾਂ ਨੇ ਦਰਬਾਰ ਹੈ ਜਾਂ ਦਰਬਾਰ ਸ਼ਰੀਫ ਇੱਥੇ ਬਣਾਈ ਹੈ ਵੈਸੇ ਤੋਂ ਰਹੇ ਕਾਕੜਾ ਦੇ ਦਰ ਬਹੁਤ ਰਹਿਮ ਥਾਰੇ ਜਿਹੜਾ ਨਾ ਤਕਰੀਬਨ ਨਹੀਂ ਜਿਹੜਾ ਨਾ ਤਕਰੀਬਨ ਮਾੜਾ ਗਲਬਨ ਕੋਈ ਜਵਾਨੀ 'ਚ ਹੋਏ ਜਾਂ ਗਲਬਨ ਬੱਚੇ 10-12 ਸਾਲ ਇਹ ਕੁਝ ਉਮਰ ਹੋਈ ਹੈ ਤਾਂ ਉਹ ਕਾਕੜਾ ਗਏ ਜੀ ਅਤੇ ਫਿਰ ਉੱਤੇ ਜ਼ਰਾ ਬਿਮਾਰ ਵੀ ਹੋਏ ਤਾਂ ਬੁਢਾਪੇ 'ਚ ਮਾਰੇ ਤਾਂ ਫੋਤ ਫਿਰ ਹਸਪਤਾਲ ਮੀਰਪੁਰ ਮਗਲ ਬੁਨਥਾ ਹੋਏ ਸਰਕਾਰੀ ਹਸਪਤਾਲ ਤਾਂ ਉੱਥੋਂ ਫਿਰ ਇੱਥੇ ਆਇਆ ਫਿਰ ਇੱਥੇ ਦਫਨ ਕੀਤਾ ਜ਼ਿਆਦਾ ਮਜ਼ਾਰ ਸ਼ਜ਼ਾਰ ਇੱਥੇ ਬਣਾਇਆ ਨਹੀਂ ਜੀ ਬੜੇ ਸਰਕਾਰਾਂ ਨਾਲ ਗਏ ਬਾਬਾ ਨਜੋ ਸ਼ਾਹ ਨਾਲ ਕਹਿ ਰਿਸ਼ਤਾ ਸੀ ਇਹ ਇਹਨਾਂ ਨੇ ਔਲਾਦ ਚੁਣਨਾ ਬਾਬਾ ਨੂਰ ਸ਼ਾਹ ਨੇ ਔਲਾਦ ਚੁਣਨਾ ਸਾਡੇ ਜਿਹੜੇ ਵਾਲਦ ਸਾਹਿਬ ਬਣਨਾ ਉਹਨਾਂ ਨੇ ਇਹ ਆਮੂ ਸਾਡੇ ਵਾਲਦ ਸਾਹਿਬ ਤੋਂ ਇਹ ਉਮਰੂ ਨਿੱਕੇ ਸਨ ਜਿਹੜਾ ਨਾ ਜਾਂ ਇਹ ਆਮੂ ਬਰਨ ਦਦ ਪੋਤਰੇ ਜਿਸ ਦਦ ਪੋਤਰੇ ਅਸੀਂ ਆ ਰਹੇ ਹਾਂ ਬਾਬਾ ਨੂਰ ਸ਼ਾਹ ਨੇ ਜਿਹੜੇ ਚਾਰ ਬੇਟੇ ਸਨ ਚੌਣੀ ਔਲਾਦ ਹੈ ਨਾ ਇਹ 20 ਕਾਰਨ ਉਹਨਾਂ ਕੋਲ 25 ਕਾਰਨ ਸਹੀ ਠੀਕ ਹੈ 25 ਘਰਾਂ ਤੋਂ ਜਿਹੜਾ ਨਾ ਇਹ ਆ ਰਹੇ ਨਾਲ ਇੱਕ ਸਾਡੇ ਚਾਚਾ ਰੀਨ ਹੋ ਗਏ ਨਾ ਤਾਂ ਅਸੀਂ ਤਾਏ ਰਹਿਣੇ ਤੇ ਇਹ ਰਾਜੇ ਨੇ ਮੱਲਾਂ ਨਾਲ ਸਾਡੇ ਘਰ ਨੇੜੇ ਸਾਬਕਾ ਬਾਬਾ ਨੂਰ ਸ਼ਾਹ ਨਾਲ ਪਹਿਲਾ ਆੜਾ ਨਾ ਪਹਿਲਾ ਘਰ ਹੀ ਉਹਨਾਂ ਨਾਲ ਬਾਬਾ ਨੂਰ ਸ਼ਾਹ ਨਾਲ ਜਿਹੜਾ ਰਾਜਾ ਅਬਦੁਲ ਕਰਨੈਨ ਖਾਨ ਨੇ ਨਾਲ ਜਿਹੜਾ ਨੇ ਮੱਲਾਂ ਨਾਲ ਲੈਣ ਅਤੇ ਪਹਿਲੇ ਉੱਥੇ ਆਉਣ ਕਾ ਬਾਅਦ ਹੋਏ ਸਹੀ ਜਾ ਉਸ ਤੋਂ ਬਾਅਦ ਫਿਰ ਇੱਥੇ ਠੀਕ ਹੈ ਬਾਅਦ ਹੋਏ ਜਾਂ ਨਾ ਇੱਥੇ ਤਾਂ ਫਿਰ ਇਹ ਲਫੋਤ ਹੋਏ ਨਾ ਤਾਂ ਫਿਰ ਇੱਥੇ ਇਹ ਦਫਨਾਏ ਇੱਥੇ ਗਏ ਜਾਂ ਇਹ ਮੱਲ ਮੱਲ ਤਾਂ ਤੱਕੇ ਨੇ ਤੁਸਾਂ ਬਣ ਜੀ ਜੀ ਬਿਲਕੁਲ ਉੱਥੇ ਮੱਲਾਂ ਨਾਲ ਹੀ ਤੁਹਾਡਾ ਘਰ ਪੁਰਾਣਾ ਪਹਿਲਾ ਘਰ ਉਹ ਹੈ ਬਾਬਾ ਨੂਰ ਸ਼ਾਹ ਰਾਣਾ ਅੱਗੂ ਫਿਰ ਜੋ ਜੋ ਆਬਾਦੀ ਵਧਣੀ ਗਈ ਹੈ ਤਾਂ ਫਿਰ ਅੱਗੇ ਪਿੱਛੇ ਸਾਰੇ ਫਿਰ ਅੱਗੇ ਪਿੱਛੇ ਗ੍ਰਾਂ ਇਹ ਗ੍ਰਾਂ ਉਸਲੇ ਆਬਾਦੀ ਨਹੀਂ ਸੀ ਜਿਸਲੇ ਬਾਬਾ ਨੂਰ ਸ਼ਾਹ ਰਹੀ ਆਏ ਜੀ ਹਾਂ ਆਬਾਦੀ ਨਹੀਂ ਸੀ ਹਾਲੇ ਸਹੀ ਅਸਾਂ ਸਾਨੇ ਬੇਹੱਦ ਮਮਨੂੜ ਹਾਂ ਮਸ਼ਹੂਰ ਹਾਂ ਕਿ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਅਸੀਂ ਅਸੀਂ ਕਾਫੀ ਗੱਲਾਂ ਪਈਆਂ ਸਰਕਾਰ ਨੇ ਹਵਾਲੇ ਨਾਲ ਜਿਹੜੀਆਂ ਅਸੀਂ ਇਸ ਤੋਂ ਪਹਿਲੇ ਨਹੀਂ ਸਾਨੂੰ ਪਤਾ ਗਏ ਜਿਹੜੇ ਅਸੀਂ ਤੱਕਣੇ ਲੈਣ ਉਹਨਾਂ ਕਿਉਂ ਨਹੀਂ ਸੀ ਪਤਾ ਜੀ ਠੀਕ ਅੱਲਾਹ ਪਾਕ ਸਾਨੂੰ ਖੁਸ਼ ਰੱਖਿਆ ਉਮੀਦ ਕਰਨੇ ਹਾਂ ਜੀ ਜਿਹੜੀ ਅੱਜ ਅਸੀਂ ਵੀਡੀਓ ਹੈ ਸਾਨੂੰ ਤੱਕੀ ਹੈ ਸਾਨੂੰ ਚਾਹੇ ਧੰਮਾਵਾ ਅਸਾਂ ਦਰਬਾਰ ਸ਼ਰੀਫ ਪਰ ਤੁਸੀਂ ਬਹੁਤ ਚੰਗੀ ਲੱਗੀ ਉਸੀ ਕਿ ਮਿੱਕੀ ਦਿਓ ਇਜਾਜ਼ਤ ਆਪਣੇ ਮੇਜ਼ਬਾਨ ਜੁਨੈਦ ਗਫੂਰ ਕੀ ਕਿ ਬਹੁਤ ਜਲਦ ਮਿਲਸਾਂ ਇੱਕ ਨਈ ਵੀਡੀਓ ਨਾਲ ਤਬ ਤੱਕ ਅੱਲਾਹ ਹਾਫਿਜ਼ ਕੈਫੀ ਮਾਨੁਲਾ